ਬਾਕੀ ਹੋਣੀਆਂ ਨੇ ਕੋਈ ਆਟਾ ਚੜਾਉਂਦਾ ਕੋਈ ਖੰਡ ਚੜਾਉਂਦਾ ਹਰਿਮੰਦਰ ਸਾਹਿਬ ਪਰ ਮੈਂ ਆਪਣਾ ਸੀਸ ਹੀ ਚੜਾ ਦਾਂ ਪਰ ਹੋਣੀਆਂ ਦੀ ਅਜੇ ਤੱਕ ਤੇ ਮੈਂ ਕੋਈ ਜਾਣ ਨਹੀਂ ਦਿੱਤਾ ਖਾਲੀ ਭਲਾ ਵੇਖਾਂਗੇ ਕਹਿੰਦਾ ਹੋਣੀਆਂ ਵੇਖੇਗੀ ਤੂੰ ਦੀਪ ਸਿੰਘ ਸੀ ਸੂਰਮਾ ਦਸ਼ਮੇਸ਼ ਪਿਆਰਾ ਦੁਨੀਆਂ ਵਿੱਚ ਵਿਖਾ ਗਿਆ ਇੱਕ ਨਵਾਂ ਨਜ਼ਾਰਾ ਪਰ ਅਖੰਡਾ ਸੀ ਸੂਰਮੇ ਨੇ ਹੱਥ ਵਿੱਚ ਫੜਿਆ ਸ਼ੀਸ ਤਲੀ ਤੇ ਰੱਖ ਕੇ ਮੁਗਲਾਂ ਨਾਲ ਲੜਿਆ ਤਾਈਓਂ ਦੁਨੀਆਂ ਮੰਨਦੀ ਜਾਵਾਂ ਬਲਿਹਾਰਾ ਦੀਪ ਸਿੰਘ ਸੀ ਸੂਰਮਾ ਦਸ਼ਮੇਸ਼ ਪਿਆਰਾ ਬਾਬੇ ਗਲ ਪਾ ਕੇ ਪੱਲਾ ਕੀਤਾ ਅਰਦਾਸਾ ਸੀ ਗੁੱਛੇ ਵਿੱਚ ਆਣ ਪੈਨਿਆ ਜੰਗੀ ਨਵਾਸਾ ਸੀ ਮੁਗਲਾਂ ਵਿੱਚ ਦੀਪ ਸਿੰਘ ਨੇ ਖੰਡਾ ਖੜਕਾਉਣਾ ਏ ਬਾਬੇ ਹਰਿਮੰਦਰ ਜਾ ਕੇ ਸ਼ੀਸ ਚੜਾਉਣਾ ਏ ਬਾਬੇ ਹਰਿਮੰਦਰ ਜਾ ਕੇ ਹੋਣੀ ਬਾਬੇ ਨੂੰ ਕਹਿੰਦੀ ਮੈਂ ਹਾਂ ਬਲਵਾਨ ਬਰੀ ਲੱਖਾਂ ਵਿੱਚ ਕਰ ਦੂੰ ਟੇਰੀ ਰਣ ਦੇ ਵਿੱਚ ਖੜੀ ਖੜੀ ਅਰਜਨ ਤੂੰ ਬਣ ਬਣ ਬੈਠਾ ਕੀਤਾ ਈ ਨਾਸ ਮੈਂ ਚੱਲਣ ਨੀ ਦੇਣੀ ਸਿੰਘਾ ਤੇਰੀ ਅਰਦਾਸ ਮੈਂ ਚੱਲਣ ਨੀ ਦੇਣੀ ਸਿੰਘਾ ਬਾਬੇ ਨੇ ਕਿਹਾ ਮਜੋਦਾ ਦਸਵੇਂ ਅਵਤਾਰ ਦਾ ਸਕਿਆ ਮੈਂ ਅੰਮ੍ਰਿਤ ਖੰਡੇ ਬਾਟੇ ਦੀ ਤਾਰ ਦਾ ਸਿੰਘਾਂ ਵਿੱਚ ਦੀਪ ਸਿੰਘ ਨੇ ਬੱਚੇ ਨੇ ਪਕਾਉਣਾ ਏ ਬਾਬੇ ਹਰਿਮੰਦਰ ਜਾ ਕੇ ਸ਼ੀਸ਼ ਚੜਾਉਣਾ ਏ ਬਾਬੇ ਹਰਿਮੰਦਰ ਜਾ ਕੇ ਹੋਣੀ ਬਾਬੇ ਨੂੰ ਕਹਿੰਦੀ ਜਾਂਦੇ ਨਾ ਹਰਿਮੰਦਰ ਨਹੀਂ ਪਲ ਦੇ ਵਿੱਚ ਕਰ ਦੂੰ ਟੇਰੀ ਰਣ ਦੇ ਹੀ ਅੰਦਰ ਹੀ ਪੀ ਕੇ ਤੇਰਾ ਖੂਨ ਵਜਾਉਣੀ ਆਪਣੀ ਪਿਆਸ ਮੈਂ ਚੱਲਣ ਨਹੀਂ ਦੇਣੀ ਸਿੰਘਾ ਤੇਰੀ ਅਰਦਾਸ ਮੈਂ ਚੱਲਣ ਨਹੀਂ ਦੇਣੀ ਸਿੰਘਾ ਬਾਬੇ ਦਾ ਸ਼ੀਸ਼ ਜੰਗ ਦੇ ਵਿੱਚ ਹੀ ਲੱਥ ਗਿਆ ਸੰਭਲ ਕੇ ਸਿੰਘ ਸੂਰਮੇ ਤਲੀ ਤੇ ਰੱਖ ਲਿਆ ਮੁਗਲਾਂ ਲਈ ਦੀਪ ਸਿੰਘ ਜੀ ਬਣਿਆ ਡਰਾਉਣਾ ਏ ਬਾਬੇ ਹਰਿਮੰਦਰ ਜਾ ਕੇ ਸ਼ੀਸ਼ ਚੜਾਉਣਾ ਏ ਬਾਬੇ ਹਰਿਮੰਦਰ ਜਾ ਕੇ ਹੋਣੀ ਹੈਰਾਨ ਹੈ ਗਈ ਬਿਨ ਧੜੀ ਲੜਦਾ ਏ ਅੱਗੇ ਜੋ ਆਹੇ ਮੂਹਰੇ ਬੇਰੰਗ ਚੜਦਾ ਏ ਬਾਬੇ ਨੇ ਸਿੱਖੀ ਹਰਿਮੰਦਰ ਚੜਾ ਦਿੱਤੀ ਸੁਣਿਆ ਅੱਜ ਦੀਪ ਸਿੰਘ ਨੇ ਹੋਣੀ ਹਰਾ ਦਿੱਤੀ ਸੁਣਿਆ ਅੱਜ ਦੀਪ ਸਿੰਘ ਨੇ ਹੋਣੀ ਮੱਥਾ ਟੇਕ ਕੇ ਪਰਾਂ ਹੋਈ।